ਅਕਸਰ ਉਸਮੈਨ ਰਾਮਪਾਲ ਨਵਾਂਸ਼ਹਿਰ ਕੋਆਪਰੇਟਿਵ ਬੈਂਕ ਵਿੱਚ ਗਨਮੈਨ ਦੀ ਡਿਊਟੀ ਕਰ ਰਿਹਾ ਅਤੇ ਮੈਂ ਸ਼ਹੀਦੀ ਦਿਵਸ ਸਾਹਮਣੇ ਨਿਕਲ ਕੇ ਗਿਆ ਸ਼ਹੀਦ ਭਗਤ ਸਿੰਘ ਹੋਣ ਦਾ ਅਤੇ ਉਹਨਾਂ ਬਾਰੇ ਥੋੜ੍ਹੀ ਜਿਹਾ ਮੈਂ ਬੋਲਾਂ ਕਹਿੰਦੇ ਗੋਰਿਆਂ ਮੁਕੱਦਮਾ ਕਰਿਆ ਕਹਿੰਦੇ ਗੋਰਿਆਂ ਗੋਰਿਆਂ ਮੁਕੱਦਮਾ ਕਰਿਆ ਭਗਤ ਸਿੰਘ ਸੂਰਮੇ ਤੇ ਦਫਾ ਲਾ ਕੇ ਲਾ ਕੇ ਤੂੰ 300 ਗੋਰੀ ਤੇ ਫਾਂਸੀ ਵਾਲੀ ਸਜ਼ਾ ਕਰਤੀ ਗੋਰੇ ਜੱਜ ਨੇ ਸੁਣਾ ਦਿੱਤਾ ਫੈਸਲਾ ਸੁਣ ਸੁਣ ਬੋਲੇ ਸੂਰਮਾ ਮੱਖਣਾ ਮੱਖਣਾ ਦੇਸ਼ ਨੂੰ ਪਿਆਰਾ ਜਿੰਦੀ ਤੋਂ ਵੀ ਸਾਂਭ ਰੱਖਣਾ ਦੇਸ਼ ਨੂੰ ਪਿਆਰਾ ਜਿੰਦੀ ਤੋਂ ਵੀ ਸਾਂਭ ਰੱਖਣਾ ਮੁਲਾਕਾਤ ਨੂੰ ਜਦੋਂ ਮਾਂ ਆਈ ਵਈ ਮੁਲਾਕਾਤ ਨੂੰ ਜਦੋਂ ਮਾਂ ਆਈ ਸੈਂਚਰ ਲਾਹੌਰ ਜੇਲ ਵਿੱਚ ਪਿੱਛੇ ਸਿੱਖਾਂ ਦੇ ਭਗਤ ਸਿੰਘ ਦੇਖ ਕੇ ਅੱਖੀਆਂ ਚ ਪਾਣੀ ਆ ਗਿਆ ਦੇਖ ਮਾਂ ਨੂੰ ਭਗਤ ਸਿੰਘ ਬੋਲਿਆ ਕਿਹੜੀ ਗੱਲੋਂ ਹੰਝੂ ਕੇਰ ਦੀ ਰੱਖ ਹੌਸਲਾ ਦੁਲਹਨ ਚੁੱਕ ਅੰਮੀਏ ਥਾਪੂ ਦੇ ਭਗਤ ਸਿੰਘ ਨੂੰ ਬੋਲ ਕੇ ਦੇਸ਼ ਨੂੰ ਆਜ਼ਾਦ ਕਰਨਾ ਵੇ ਖੂਨ ਡੋਲ ਕੇ ਦੇਸ਼ ਨੂੰ ਆਜ਼ਾਦ ਕਰਨਾ ਵੇ ਖੂਨ ਡੋਲ ਕੇ ਸਿਹਤ ਬਾਰੇ ਦੂਸਰਾ ਮੈਂ ਆਪਣੀ ਸਿਹਤ ਆਪਣੇ ਆਪ ਤੇ ਮੈਂ ਸੈਲਫ ਹੈਲਪ ਦਾ ਬੋਰੇ ਮੈਂ ਆਪਣੇ ਸਿਹਤ ਨੂੰ ਕਿਸ ਤਰ੍ਹਾਂ ਕਵਰ ਕਰ ਰਿਹਾ ਅਤੇ ਮੈਂ ਜਿਸ ਤਰ੍ਹਾਂ ਮਤਲਬ ਇਸ ਟਾਈਮ 7 ਸਾਲ ਉਮਰ ਕਰੋਸ ਹੋ ਗਈ ਮੇਰੀ ਅਤੇ ਅਜੇ ਵੀ ਮੈਂ ਜਿਸ ਤਰ੍ਹਾਂ ਜਿੰਮ ਜਾਂਦਾ ਰਨਿੰਗ ਕਰਦਾ ਰੱਸੀ ਟੱਪਣਾ ਆਪਣਾ ਸਿਹਤ ਵਧੀਆ ਹੋਵੇ ਕੋਈ ਸਭ ਤੋਂ ਵੱਡਾ ਜਾਣਾ ਆਪਣਾ ਅਸੀਂ ਗਰਮੈਂਟ ਦੀ ਡਿਊਟੀ ਵੀ ਤਾਂ ਹੀ ਕਰ ਸਕਦੇ ਹਾਂ ਅਗਰ ਅਸੀਂ ਆਓ ਪੂਰੇ ਫਿੱਟ ਹੋਵਾਂਗੇ ਆਪਣੇ ਸਰੀਰ ਵਜੋਂ ਹਾਣੀਓ ਕਿਸੇ ਨੇ ਨਾ ਜੱਗ ਤੇ ਨਿਭਾਉਣੀਆਂ ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ ਖਾਧੀਆਂ ਖੁਰਾਕਾਂ ਕੰਮ ਆਉਣੀਆਂ ਆਪਣੇ ਸਰੀਰ ਵਜੋਂ ਹਾਣੀਓ ਕਿਸੇ ਨੇ ਨਾ ਜੱਗ ਤੇ ਨਿਭਾਉਣੀਆਂ ਜਿਹਨੇ ਮਹੀਨੇ ਨਸ਼ੇ ਦੀਆਂ ਗੋਲੀਆਂ ਜੋ ਖਾਂਦੇ ਨੇ ਉਹ ਮੁੰਡੇ ਆਪਣੀ ਜਵਾਨੀ ਸਾੜੀ ਜਾਂਦੇ ਨੇ ਟੀਕਿਆਂ ਤੇ ਸੁੱਖਿਆਂ ਨੇ ਚੂਸ ਲੈ ਲਾਲੀਆਂ ਚਿਹਰੇ ਤੇ ਕਿੱਥੋਂ ਛਾਉਣੀਆਂ ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ ਖਾਧੀਆਂ ਖੁਰਾਕਾਂ ਕੰਮ ਆਉਣੀਆਂ।